ਸਤ ਸ੍ਰੀ ਅਕਾਲ ਤੁਹਾਕੀ ਫੇਰ ਤੁਹਾਡਾ ਤਾਰਿਆਂ ਦਾ ਸਵਾਗਤ ਹੈ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਅੱਜ ਗੱਲ ਕਰਾਂਗੇ ਪਿਛਲੇ 24 ਘੰਟਿਆਂ ਦੀਆਂ ਦੋ ਵੱਡੀਆਂ ਖਬਰਾਂ ਤੇ ਪਹਿਲੀ ਖਬਰ ਜੋ ਮੁੰਬਈ ਤੋਂ ਆ ਰਹੀ ਹੈ ਅਰਵਿੰਦਰ ਸਿੰਘ ਅਰਿੰਦਾਂ ਉਹਦੇ ਤਿੰਨ ਸਾਥੀ ਜੋ ਨਵਾਂ ਸ਼ਹਿਰ ਦੇ ਸਰਪੰਚ ਮੱਖਣ ਸਿੰਘ ਕੰਗ ਦੇ ਕਤਲ ਵਿੱਚ ਇਨਵੋਲ ਕੀ ਉਹ ਕਿਵੇਂ ਪਕੜੇ ਗਏ ਬੜੇ ਡਰਾਮਾ ਜਾਂ ਅੰਦਾਜ਼ ਵਿੱਚ ਔਰ ਦੂਸਰੀ ਵੱਡੀ ਖਬਰ ਕਿ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਕਰ ਦਿੱਤੀ ਬਾਗੂ ਸ਼ਾਹੀ ਜੋ ਪੰਜ ਦਿਨਾ ਦੀ ਹੜਤਾਲ ਤੇ ਗਈ ਸੀ ਪੈਨਡਾਉਨ ਸਟ੍ਰਾਈਕ ਪੂਰੇ ਦੇ ਪੂਰੇ ਪੀਸੀਐਸ ਅਫਸਰ ਅੱਜ ਕਿਵੇਂ ਭਗਵੰਤ ਮਾਨ ਦੀ ਇੱਕ ਧਮਕੀ ਤੋਂ ਸਿੱਧੇ ਹੋ ਕੇ ਵਾਪਸ ਦਫ਼ਤਰਾਂ ਵਿੱਚ ਪਹੁੰਚ ਗਏ ਦੋਨੇ ਗੱਲਾਂ ਬੜੀਆਂ ਇੰਪੋਰਟੈਂਟ ਨੇ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਸਭ ਤੋਂ ਪਹਿਲੀ ਘਟਨਾ ਮੁੰਬਈ ਤੋਂ ਤੁਹਾਨੂੰ ਯਾਦ ਹੋਊਗਾ ਇਹ ਪਿਛਲੇ ਸਾਲ 28 ਮਾਰਚ ਨੂੰ ਨਵਾਂ ਸ਼ਹਿਰ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਕੰਗ ਪਿੰਡ ਦੇ ਇੱਕ ਸਰਪੰਚ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਦਾ ਨਾਮ ਸੀ ਮਕਰ ਸਿੰਘ ਉਹ ਆਪਣੀ ਗੱਡੀ ਵਿੱਚ ਪੈਟਰੋਲ ਪਟਰੀਸ਼ਨ ਤੋਂ ਗੈਸ ਸਟੇਸ਼ਨ ਤੋਂ ਪੈਟਰੋਲ ਪੁਆਰਿਆ ਸੀ ਜਦੋਂ 4:45 ਵਜੇ ਇੱਕ ਦੂਸਰੇ ਵਹੀਕਲ ਵਿੱਚ ਆਉਂਦੇ ਆ ਔਰ ਥਾਂ ਤੇ ਹੀ ਉਹਨੂੰ ਗੋਲੀਆਂ ਮਾਰ ਕੇ ਅਲਾ ਕਰ ਦਿੰਦੇ ਰੁਕਦੇ ਉੱਥੇ ਨਹੀਂ ਇਹਦੇ ਡਿੱਗਣ ਤੋਂ ਬਾਅਦ ਵੀ ਥੱਲੇ ਪਏ ਹੋਏ ਨੂੰ ਕਾਰ ਤੋਂ ਨਿਕਲ ਕੇ ਹੋਰ ਗੋਲੀਆਂ ਮਾਰਦੇ ਨੇ ਇਹ ਨਿਸ਼ਚਿਤ ਕਰਨ ਲਈ ਕਿ ਕਿਤੇ ਉਹਨਾਂ ਦਾ ਨਿਸ਼ਾਨਾ ਬਚਣਾ ਗਿਆ ਹੋਵੇ ਵੀਰੇ ਕ੍ਰੀਵ ਗੋਲੀਆਂ ਉਹ ਸ਼ਖਸਾਂ ਨੂੰ ਮਾਰੀਆਂ ਗਈਆਂ ਸੀ ਪਿਛਲੇ ਸਾਲ 28 ਮਾਰਚ ਨੂੰ ਉਸ ਤੋਂ ਬਾਅਦ ਔੜ ਵਾਲੇ 2-3 ਮਹੀਨੇ ਉਹ ਬੰਦੇ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਵਿੱਚ ਛੁਪਦੇ ਚ ਪਾਉਂਦੇ ਰਹੇ ਲੀਡਰ ਉਹਨਾਂ ਦਾ ਸੋਨੂ ਖੱਤਰੀ ਸੋਨੂ ਖੱਤਰੀ ਹਰਵਿੰਦਰ ਸਿੰਘ ਰਿੰਦਾ ਦਾ ਖਾਸਾ ਵੀ ਬਹੁਤ ਸਾਰੇ ਕਾਤਲ ਦੇ ਇਲਜ਼ਾਮ ਲੁਟਾਕੂਆਂ ਦੇ ਇਲਜ਼ਾਮ ਰੰਗਦਾਰੀਆਂ ਦੇ ਦੋਸ਼ ਮਲਡਰ ਖੂਨ ਖਰਾਬਾ ਇੱਕ ਕਸਮ ਦੀਆਂ ਹਰਕਤਾ ਕਰਨ ਵਾਲਾ ਇਹ ਗੈਣ ਉਸ ਨੇ ਇੱਕ ਕਾਰਨ ਦੇ ਸੋਨੋ ਖਾਤਰੀ ਨੇ ਇਹ ਸਾਰਿਆਂ ਦੇ ਰਹਿਣ-ਸਹਿਣ ਦਾ ਬਦਬਦ ਕੀਤਾ ਔਰ ਰਹਿਂਦਾ ਨੇ ਆਪਣੇ ਮਹਾਰਾਸ਼ਟਰ ਵਿੱਚ ਜੋ ਸਲੀਪਰ ਸੈਲੋ ਦੇ ਕੰਮ ਕਰ ਰਹੀ ਸੀ ਉਹਨਾਂ ਨੂੰ ਕਹਿ ਕੇ ਮੁੰਬਈ ਦੇ ਨੇੜੇ ਇੱਕ ਇਲਾਕੇ ਵਿੱਚ ਇਹਨਾਂ ਤਿੰਨਾਂ ਦੇ ਰਹਿਣ ਦਾ ਬੰਦੋਬਸਤ ਕਰਵਾਇਆ ਇਹ ਗੱਲ ਪਿਛਲੇ ਸਾਲ ਜੂਨ ਦੀ ਹੈ ਜੂਨ ਤੋਂ ਲੈ ਕੇ ਹੁਣ ਦੇਖ ਲਓ ਐਨੇ ਮਹੀਨੇ ਉਹ ਮੁੰਬਈ ਦੇ ਨੇੜੇ ਉੱਥੇ ਇੱਕ ਘਰ ਵਿੱਚ ਫਲੈਟ ਵਿੱਚ ਰਹਿ ਰਹੇ ਸੀ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਹੋਈ ਕਿ ਬਹੁਤ ਸਾਰੇ ਬਦਮਾਸ਼ ਨੇ ਔਰ ਇੱਕ ਅੰਤਰਰਾਸ਼ਟਰੀ ਟੈਰਰਿਸਟ ਨੂੰ ਡਿਕਲੇਰ ਕੀਤਾ ਹੋਇਆ ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਦੱਤਿਆ ਜਾਂਦਾ ਹੈ ਪਿੱਛੇ ਦੇ ਉਹਦੇ ਮਰਨ ਦੀਆਂ ਖਬਰਾਂ ਵੀ ਆਈਆਂ ਸੀ ਪਰ ਅੱਜ ਤੱਕ ਕਿਤੇ ਵੀ ਏਜੰਸੀ ਨੇ ਉਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਖਰ ਇਹ ਤਿੰਨੋਂ ਸ਼ਖਸ ਇਹਨਾਂ ਤੋਂ ਇੱਕ ਕਦਾਣਾ ਸ਼ੇਵਮ ਹੈ ਜੋ ਨਵਾਂ ਸ਼ਹਿਰ ਦਾ ਰਹਿਣ ਵਾਲਾ ਦੂਸਰਾ ਸ਼ਖਸ ਇਹਨਾਂ ਵਿੱਚੋਂ ਇੱਕ ਸ਼ਖਸ ਜਿਹੜਾ ਨਾਮ ਸ਼ਿਵਮ ਹੈ ਉਹ ਨਾ ਤਾਂ ਤਾਂ ਕੁਝ ਹੋ ਰਹਾ ਹੈ ਇਹ ਰੱਖੇ ਹੋਏ ਨਾ ਉਹਨਾਂ ਨੇ ਜਿਸ ਨਾਂ ਤੇ ਉਥੇ ਬਬਈ ਦੇ ਉਤਲਾ ਕੁਝ ਰਹਿ ਰਹੀ ਸੀ ਸ਼ਿਵਮ ਨਵੇਂ ਸ਼ਹਿਰ ਦਾ ਰਹਿਣ ਵਾਲਾ ਦੂਤਰਾ ਗੁਰਮੁਖ ਉਹ ਬਲਾ ਚੌੜ ਦਾ ਰਹਿਣ ਵਾਲਾ ਤੀਸਰਾ ਅਮਨ ਦੀਪ ਜਿਹਨੂੰ ਰੈਂਚੋ ਵੀ ਕਹਿੰਦੇ ਆ ਉਹ ਬੰਗੇ ਦਾ ਰਹਿਣ ਵਾਲਾ ਤਿੰਨੋਂ ਆਦਮੀ ਨਵਾਂ ਸ਼ਹਿਰ ਦੇ ਆਲੇ-ਦਾਲੇ ਦੇ ਰਹਿਣ ਵਾਲੇ ਯੰਗਸਟਰ ਉਮਰ ਦੇ ਕੋਈ ਇਹਨਾਂ ਦੀ ਇੱਕ ਦੀ ਉਮਰ 20 ਸਾਲ ਇੱਕ ਦੀ 21 ਸਾਲ ਇੱਕ ਦੀ 23 ਸਾਲ ਯੰਗਸਟਰ ਮਾ ਅਜੇ ਨਾ ਕਿਸੇ ਦਾ ਵਿਆਹ ਹੋਇਆ ਨਾ ਕਿਸੇ ਨੇ ਕੋਈ ਜ਼ਿੰਮੇਵਾਰੀ ਸਿਰ ਤੇ ਅਨਪੜ੍ਹ ਕਿਸਮ ਦੇ ਬੰਦੇ ਸਕੂਲ ਚੋਂ ਪੜ੍ਹਜ ਪੜ ਕੇ ਪੜ੍ਹੇ ਨਹੀਂ ਦਾਦਾ ਔਰ ਰਿਸ਼ਤੇਦਾਰ ਅੱਗੇ ਇਹਨਾਂ ਦੀ ਇੱਜ਼ਤਾਂ ਦੀ ਬੈਠੇ ਨੇ ਉਹ ਜਦੋਂ ਪੈਸਾ ਭੇਜਦੇ ਸੀ ਉਦੋਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਬਾਅਦ ਚ ਪੈਸਾ ਆਉਣਾ ਬੰਦ ਹੋ ਗਿਆ ਤੇ ਹਰਵਿੰਦਰ ਰਿੰਦਾ ਦੇ ਜੀ ਗਰੁੱਪ ਉਹ ਜੋਇਨ ਕਰ ਗਏ ਇਹ ਸਾਇਤ ਰਿੰਦਾ ਦਾ ਦੁਆਬੇ ਸੀ ਪਹਿਲਾ ਵੱਡਾ ਮਾਡਿਊਲ ਸੀ ਜਿਹਦੇ ਕੁਝ ਬੰਦੇ ਪਹਿਲਾਂ ਖੜੇ ਪੜੇ ਵੀ ਗਏ ਸੀ ਮਕਰ ਸਿੰਘ ਦੇ ਕੇਸ ਵਿੱਚ ਕੁਝ ਰਸਤ ਹੋਈਆਂ ਸੀ ਲੇਕਿਨ ਅ ਤਿੰਨ ਬੰਦੇ ਵਾਲਟਰ ਸੀ ਤਿੰਨ ਬੰਦੇ ਅਜੇ ਹੋਰ ਪੁਲਿਸ ਲੱਭ ਰਹੀ ਹੈ ਉਹਨਾਂ ਦੀ ਗੱਲ ਵੀ ਕਰਾਂਗੇ ਹੁਣ ਦੇਖੋ ਰਹਿਣ ਦਾ ਬੰਦੋਬਸਤ ਕਿੱਥੇ ਕਰਦੇ ਨੇ ਮੁੰਬਈ ਦੇ ਨਾਲ ਲੱਗਦਾ ਥਾਣਾ ਜ਼ਿਲਾ ਉਸ ਜ਼ਿਲੇ ਦਾ ਨਹੀਂ ਥਾਣਾ ਹੈ ਪੰਜਾਬ ਦਾ ਆਪਣਾ ਥਾਣਾ ਪੁਲਿਸ ਸਟੇਸ਼ਨ ਨੂੰ ਕਹਿੰਦੇ ਨੇ ਥਾਣੇ ਦੇ ਜ਼ਿਲੇ 'ਚ ਇੱਕ ਜਿਹੜਾ ਸ਼ਹਿਰ ਹੈ ਛੋਟਾ ਜਿਹਾ ਅੰਬੀਵਲੀ ਅੰਬੀਵਲੀ ਇੱਕ ਇੰਡਸਟਰੀਅਲ ਟਾਊਨ ਹੈ ਉੱਥੇ ਨੈਸ਼ਨਲ ਰੇਨ ਕਾਰਪੋਰੇਸ਼ਨ ਦੀ ਬੜੀ ਪੁਰਾਣੀ ਫੈਕਟਰੀ ਹੈ ਹਜ਼ਾਰਾਂ ਵਰਕਰ ਉਸ ਫੈਕਟਰੀ 'ਚ ਕੰਮ ਕਰਦੇ ਆ ਉਹ ਉਹਦੇ ਆਲੇ-ਦੁਆਲੇ ਦਾ ਇਲਾਕਾ ਹੈ ਉਹਨੂੰ ਨੈਸ਼ਨਲ ਰੇਨ ਕਾਰਪੋਰੇਸ਼ਨ ਦੀ ਸ਼ਾਰਟ ਵਾਰਮ ਐਨ ਆਰਸੀ ਕਲੋਨੀ ਵਿਖਾਦਨ ਤੇ ਉਸ ਕਲੋਨੀ ਦੇ ਨਾਲ ਅੱਜਕੱਲ ਨਵੀਆਂ ਕਈ ਰੀਸੈਟਲਮੈਂਟ ਦੀਆਂ ਇਮਾਰਤਾਂ ਬਣੀਆਂ ਨੇ ਉਹਨਾਂ ਤੋਂ ਇੱਕ ਗਰੇ ਯਾਦਵ ਨਗਰ ਇੱਕ ਬੜਿਆ ਜਿਹਦੇ ਤੇ ਇੱਕ ਓਮ ਸ਼ਾਂਤੀ ਕੋਈ ਅਪਾਰਟਮੈਂਟ ਹੈ ਉਹਦੇ ਚ ਇੱਕ ਘਰ ਕਿਰਾਏ ਤੇ ਲੈ ਕੇ ਪਿਛਲੇ ਸਾਲ ਦੇ ਜੂਨ ਤੋਂ ਇੱਕ ਤਿੰਨ ਬੰਦੇ ਰਹਿ ਰਹੇ ਸੀ ਇੱਕ ਕਮਰਾ ਔਰ ਕਿਚਨ ਹਾਲ ਦਾ ਸਰਤਾ ਉਦੋਂ ਕਾਇ ਵੀ ਕੱਟਣ ਹੋਸਲਾ ਕੇ ਤੇ ਔਰ ਉਹ ਇਲਾਕਾ ਕ੍ਰਿਮੀਨਲਸ ਲਈ ਲੋਕੜ ਦਾ ਇੱਕ ਬਹੁਤ ਵੱਡਾ ਇਲਾਕਾ ਮੰਨਿਆ ਜਾਂਦਾ ਅੰਬੀਵਲੀ ਖਾਸ ਤੌਰ ਤੇ ਜਿੱਥੇ ਲੁਕੇ ਸੀ ਉਥੇ ਇੱਕ ਇਰਾਨੀਅਨ ਗੈਂਗ ਬੜੇ ਦਹਾਕਿਆਂ ਤੋਂ ਐਕਟਿਵ ਹੈ ਉਹ ਲੋਕ ਇੱਕ ਤਮੰਨ ਜਿ ਛਿਪਸੀ ਜਿਨਾਂ ਨੂੰ ਆਪਾਂ ਕਹਿੰਦੇ ਹੁੰਦੇ ਸੀ ਰਗੂਮਾਫ ਕਹਿੰਦੇ ਆ ਜਿਹੜੇ ਸਪੈਸਟੀਕੇਟਰ ਪਾਛਾ ਤੋਂ ਉਹਨਾਂ ਨੂੰ ਉਹਨਾਂ ਤੋਂ ਇੱਕ ਟ੍ਰਾਈਬ ਹੈ ਜੋ ਬਹੁਤ ਦਹਾਕੇ ਪਹਿਲਾਂ ਕਲਪ 30 ਸਾਲ ਪਹਿਲਾਂ ਇਰਾਨ ਤੋਂ ਕਿਤੇ ਕਾਰਨ ਭੱਜ ਕੇ ਹਿੰਦੂਸਤਾਨ ਆ ਗਿਆ ਸੀ ਬਹੁਤ ਸਾਰੇ ਲੋਕ ਉਹਨਾਂ ਚ ਅਜੇ ਵੀ ਬਦੇਸੀ ਬੋਲਦੇ ਰਹੇ ਬਿਲਕੁਲ ইরਾਨੀ ਉਹ ਹੀ ਜਿਹਨਾਂ ਦੇ ਨਾਮ ਲੰਬੇ ਤੌੜੇ ਗੋਰੇ ਚਿੱਟੇ ਔਰ ਉਸ ਹਰ ਦਾ ਸਾਰਾ ਟ੍ਰਾਈਬ ਜਿਹੜਾ ਉਹ ਕ੍ਰਿਮੀਨਲ ਐਕਟੀਵਿਟੀ ਚ ਕੰਮ ਕਰਦਾ ਉਹਨਾਂ ਦੀਆਂ ਔਰਤਾਂ ਵੀ ਔਰ ਬੜੇ ਡਾਰਕ ਕਿਸਮ ਦੇ ਲੋਕ ਨੇ ਨਾ ਪੁਲਿਸ ਦੀ ਪ੍ਰਵਾਹ ਕਰਦਿਆ ਨਾ ਐਡਮਿਨਿਸਟ੍ਰੇਸ਼ਨ ਦੀ ਨਾ ਕੋਈ ਪਾਣੀ ਦਾ ਬਿੱਲ ਭਰਦੇ ਨਾ ਬਿਜਲੀ ਦਾ ਬਿੱਲ ਭਰਦੇ ਲੁੱਟਾਂ ਖੋਹਾਂ ਚੋਰੀਆਂ ਚਕਾਰੀਆਂ ਮਲਡਰ ਔਰ ਜਦੋਂ ਕਿਤੇ ਪੁਲਿਸ ਭੜਨ ਜਾਂਦੀ ਆ ਉਹ ਸਾਰੇ ਇਕੱਠੇ ਹੋ ਕੇ ਘੇਰਾ ਪਾ ਲੈਂਦੇ ਆ ਪੁਲਿਸ ਤੇ ਅਟੈਕ ਕਰਦੇ ਆ ਔਰ ਬੜੀ ਵਾਰੀ ਬਹੁਤ ਵੱਡੇ ਲੈਵਲ ਤੇ ਮਹਿਮਾਂ ਚਲੀਆਂ ਉਹਨਾਂ ਨੂੰ ਉਸ ਕਲੋਨੀ ਤੋਂ ਕਦੇੜਨ ਦੀਆਂ ਪਰ ਕਦੇ ਵੀ ਕੋਈ ਇਹੋ ਜਿਹਾ ਐਕਸ਼ਨ ਕਾਮਯਾਬ ਨਹੀਂ ਹੋਇਆ 7 7 8 800 ਪੁਲਿਸ ਦੀਆਂ ਗਾਰਦਾਂ ਲੈ ਕੇ ਇਹਨੇ ਜਵਾਨ ਲੈ ਕੇ ਘੇਰੇ ਪਾ ਪਾ ਕੇ ਪੁਲਿਸ ਨੇ ਬੜੀ ਵਾਰੀ ਐਕਸ਼ਨ ਕੀਤਾ ਲੇਕਿਨ ਉਹਨਾਂ ਦਾ ਉਹ ਕਬੀਲਾ ਉੱਥੇ ਦੀ ਉੱਤੇ ਉਹ ਬੜੇ ਬਾਹਰ ਦੇ ਲੋਕਾਂ ਨੂੰ ਪਨਾਹ ਦਿੰਦੇ ਹੈ ਕੋ ਕੋਨਾਂ ਦੇ ਇਲਾਕੇ ਚ ਕੋਈ ਹੋਰ ਵੜ ਨਹੀਂ ਸਕਦਾ ਉਹਦੇ ਬਿਲਕੁਲ ਨਾਲ ਲੱਗਦੀ ਹੋਈ ਇੱਕ ਸੋਸਾਇਟੀ ਆ ਜਿੱਤੇ ਤਿੰਨ ਬੰਦੇ ਰਹਿੰਦੇ ਸੀ ਹੋਵੇ ਨਾ ਹੋਵੇ ਕਿਤੇ ਇਹਨਾਂ ਤਿੰਨਾਂ ਨੇ ਉਸ ਕਬੀਲੇ ਦੇ ਕ੍ਰਿਮੀਨਲਸ ਦੇ ਥਰੂ ਉਹ ਜਗ੍ਹਾ ਕਨਾਇਤ ਲਈ ਹੋਗੀ ਦੰਨ ਲਾਬੀ ਸਰਪ੍ਰਸਤੀਏ ਰਹਦੇ ਹੋਣ ਪਿਛਲੇ ਐਨ ਐਮ ਹੀ ਨਹੀਂ ਆਪੋ ਪਰ ਜੇ ਆਪ ਸਰਕਾਰ ਦਾ ਜਿਹੜਾ ਪਿਛਲੇ ਸਾਲ ਦੇ ਮਾਨ ਸਰਕਾਰ ਬਣਨ ਤੋਂ ਬਾਅਦ ਇਹਦੀ ਟੀਐਫ ਬਣਾਈ ਗਈ ਸੀ ਐਂਟੀ ਗੈਂਗਰੇਸ ਐਂਟੀ ਗੈਂਗਸਟਰ ਇਥੇ ਕਰਦੇ ਹੋ ਤਾਂ ਐਂਟੀ ਉਹ ਗਲਤ ਹੋ ਗਿਆ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਪਰਮੋਤ ਬਾਦ ਜਿਹੜੇ ਅਡੀਸ਼ਨਲ ਡੀਜੀਪੀ ਉਹਨਾਂ ਦੀ ਅਗਵਾਈ ਹੇਠ ਇਹ ਨਵੀਂ ਫੋਰਸ ਬਣਾਈ ਗਈ ਸੀ ਇਹ ਕੋਈ ਮਈ ਦੇ ਕਰੀਬ ਇਸ ਫੋਰਸ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਔਰ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਇਹ टास्क फोर्स ਦੇ ਬੰਦੇ ਇਹਨਾਂ ਤਿੰਨਾਂ ਨੂੰ ਤੇ ਹੋਰ ਤਿੰਨ ਜਿਹੜੇ ਅਜੇ ਵਾਂਟਡ ਨੇ ਮਕਰ ਸੰਗ ਤੇ ਬਾਰਡਰ ਕੇਸ ਚਰਵਾਲ ਉਹਨਾਂ ਨੂੰ ਲੱਭਣ ਲਈ ਯਤਨਸ਼ੀਲ ਸੀ ਬੜੇ ਟੈਲੀਫੋਨ ਨੰਬਰ ਕੋ ਖੰਗਾੜੇ ਗਏ ਰਿਸ਼ਤੇਦਾਰਾਂ ਦੇ ਘਰ ਚੱਕਰ ਮਾਰੇ ਗਏ ਅਰੇ ਉਹ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਗਈ ਲੇਕਿਨ ਅਨੱਤ ਨਾ ਦਾ ਕੋਈ ਸਵਾਰਾਗ ਨਹੀਂ ਮਿਲਿਆ ਉਹਦੇ ਕੋ ਪੰਜਾਬ ਤੋਂ ਗਏ ਬੰਦੇ ਪਰਦੇਸ ਜਿੱਥੇ ਉਹ ਤਲਾਕਪੇ ਪੰਜਾਬੀ ਸ਼ਾਇਦ ਹੀ 2-4 ਹੋਰ ਹੋਣਗੇ ਨਹੀਂ ਤਾਂ ਕੋਈ ਪੰਜਾਬੀ ਆਬਾਦੀ ਉਸ ਤਲਾਕ ਤੇ ਨਹੀਂ ਆਬੀ ਵਾਲੀ ਸੀ ਉਥੇ ਜਾ ਕੇ ਰਹਦੇ ਰਹੇ ਔਰ ਫੇਰ ਵੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਇਹ ਅਣਜਾਣ ਬੰਦੇ ਸਾਡੀਆਂ ਇਹਨਾਂ ਸੁਸਾਇਟੀਆਂ ਚ ਕਿਵੇਂ ਰਹਿ ਰਹੇ ਨੇ ਅਲਟੀਮੇਟਲੀ ਪੰਜਾਬ ਪੁਲਿਸ ਨੂੰ EDITF ਨੂੰ ਇਸ ਦੀ ਖਬਰ ਮਿਲਦੀ ਇੱਕ ਚਾਰ ਮੈਂਬਰੀ ਟੀਮ ਜਿਸ ਤੇ AIG ਸ਼ਾਮਲ ਹੁੰਦੇ ਨੇ ਇੱਕ DSP ਇੱਕ ਇਨਸਪੈਕਟਰ ਇਸ ਕਿਸਮ ਦੇ ਅਫਸਰ ਸਪੈਸ਼ਲੀ ਦਿੱਲੀ ਆਪਣੇ ਜਿਹੜੇ ਨਾਲ ਦੇ ਸੋਰਸਸ ਨੇ ਸੈਂਟਰਲ ਏਜੰਸੀ ਦੇ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਦੇ ਥਰੂ ਮੁੰਬਈ ਪੁਲਿਸ ਨਾਲ ਗੱਲ ਹੁੰਦੀ ਹੈ ਔਰ ਮੁੰਬਈ ਪੁਲਿਸ ਆਪਣੇ ਜਿਹੜਾ ਉਹਨਾਂ ਦਾ ਐਂਟੀ ਟੈਰਰਿਸਟ ਸਕਵਾਡ ਉਹਦੇ ਅਫਸਰਾਂ ਨਾਲ ਵੋਲਾ ਕਾਟ ਕਰਵਾਉਂਦੇ ਨੇ ਇਹ ਟੀਮ ਮੁੰਬਈ ਜਾ ਕੇ ਉਹ ਆਪਤਰਾ ਨੂੰ ਮਿਲਦੀ ਹੈ ਜਿਹੜੇ ਜਿਹੜੀਆਂ ਐਟਸਟੀ ਨੂੰ ਉਸੇ ਮਹਾਰਾਸ਼ਟਰ ਦੇ ਕਹਿੰਦੇ ਆ ਪੂਰੀ ਸਟੇਟ ਦਾ ਐਂਟੀ ਟੈਰੋਰਿਜ਼ਮ ਸਕਵਾਡ ਉਹਦੇ ਜਿਹੜੇ ਚੀਫ ਨੇ ਉਹਨਾਂ ਨੇ ਆਪਣੀ ਉਸ ਜਿਹੜੀ ਉਹਨਾਂ ਦੀ ਯੂਨਿਟ ਹੈ ਉਹਦੀਆਂ ਦੋ ਯੂਨਿਟ ਕਾਲਾ ਚੌਕ ਦੀ ਔਰ ਬਕਰੋਲੀ ਉਹ ਯੂਨਿਟ ਦੇ ਆਪਤਰਾ ਨੂੰ ਇਹਨਾਂ ਦੇ ਨਾਲ ਲਾਇਆ ਔਰ ਉਹਨਾਂ ਨੂੰ ਹਦਾਇਤ ਕੀਤੀ ਕਿ ਇਹ ਬਲਦੇ ਪੜੇ ਜਾਣੇ ਚਾਹੀਦੇ ਆ ਉਹ ਕੋਈ ਭਾਰਤੀ ਬੰਦਿਆਂ ਨੂੰ ਜਾ ਕੇ ਉਥੋਂ ਦੀ ਲੋਕੇਸ਼ਨ ਟੋਪੋਗ੍ਰਾਫੀ ਲੋਕਲ ਪਾਸਾ ਇਹ ਤੀਜਾ ਦੀ ਕਮੀ ਮਹਿਸੂਸ ਹੁੰਦੀ ਹੈ ਲੋਕਲ ਪੁਲਿਸ ਫੋਰਸ ਨਾਲ ਹੋਵੇ ਤਾਂ ਠੀਕ ਲਾਦਾ ਔਰ ਐਡੀਐਸ ਐਟਐਸ ਜਿਹੜੀ ਜੂਰਿਸਡਿਕਸ਼ਨ ਹੈ ਪੂਰੇ ਮਹਾਰਾਸ਼ਟਰ ਅੱਤੇ ਐਟਐਸ ਦੇ ਜਵਾਨ ਜੋ ਪੁਲਿਸ ਵਾਲੇ ਜਦੋਂ ਕਿਤੇ ਜਾਂਦੇ ਆ ਉਹਨਾਂ ਨੂੰ ਲੋਕਲ ਪੁਲਿਸ ਦੀ ਕੋਈ ਸਹਿਮਤੀ ਲੈਣੀ ਜ਼ਰੂਰੀ ਨਹੀਂ ਹੁੰਦੀ ਚਾਹੇ ਇਸ ਕਰਕੇ ਪੰਜਾਬ ਦੀ ਟੀਮ ਨੇ ਰਾਰਕ 80 ਸਿ ਨਾਲ ਅਲਾਪਤਾ ਡੋੜਿਆ ਉਹਨਾਂ ਦੀ ਟੀਮ 3 ਦਿਨ ਤੱਕ ਐਟਐਸ ਦੀ ਟੀਮ ਉਹਨਾਂ ਦੇ ਅਫਸਰ ਸਿਪਾਹੀ ਅਤੇ ਹੋਰ ਜਵਾਨ 21 ਭਾਈ ਲੋਕਾਂ ਦੀ ਟੀਮ 3 ਦਿਨ ਤੱਕ ਉਸ ਇਮਾਰਤ ਦੀ ਰੈਕੀ ਕੀਤੀ ਉਹ ਨਿਗਰੱਖੀ ਗਈ ਕਿੰਨੇ ਵੇਲੇ ਘਰੋਂ ਨਿਕਲਦੇ ਆ ਕਿੰਨੇ ਵੇਲੇ ਆਉਂਦੇ ਆ ਕਿੰਨੇ ਕੁ ਬੰਦੇ ਰਹਿੰਦੇ ਆ ਔਰ ਆਪਣੇ ਸੂਰਤ ਤੋਂ ਖਬਰੀਆਂ ਤੋਂ ਇਹ ਵੀ ਜਾਲ ਰਗਵਾਇਆ ਕਿ ਨਾ ਕੋਈ ਕੋਈ ਕਦੇ ਕਿਸੇ ਨੇ ਕਿਸੇ ਕਿਸਮ ਦੇ ਹਥਿਆਰ ਦੇਖੇ ਜਾਂ ਨਹੀਂ ਦੇਖੇ ਲੋਕਲ ਪੁਲਿਸ ਸਟੇਸ਼ਨ ਦਾ ਰਿਕਾਰਡ ਦੇਖਿਆ ਕਿ ਇਹਨਾਂ ਨੇ ਇੱਥੇ ਕੋਈ ਕਾਰਨਾਮਾ ਤਾਂ ਨਹੀਂ ਕੀਤਾ ਕਿਤੇ ਫੜੇ ਗਏ ਹੁਣ ਕਿਤੇ ਝਗੜੇ ਕਰਕੇ ਤੇ ਹੋਰ ਕਿਤੇ ਕਾਰਨ ਕਰਕੇ ਕਹਿਣ ਤਿੰਨ ਦਿਨ ਦੀ ਰੈਕੀ ਕਰਨ ਤੋਂ ਬਾਅਦ ਅਰਲੀ ਮਾਰਨਿੰਗ ਚੌਥੇ ਦਿਨ ਜਾ ਕੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਚਾਰ ਅਫਸਰ ਗਏ ਸੀ ਇਹਨਾਂ ਨੂੰ ਲੈ ਕੇ ਉਸ ਘਰ ਨੂੰ ਘੇਰਿਆ ਜਾਂਦਾ ਹੈ ਔਰ ਤਿੰਨਾ ਬੰਦਿਆਂ ਨੂੰ ਪਕੜ ਲਿਆ ਜਾਂਦਾ ਅਜੇ ਤੱਕ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਕੋਲੋਂ ਕੋਈ ਹਥਿਆਰ ਮਿਲੇ ਜਾਂ ਨਹੀਂ ਮਿਲੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਇਹਨਾਂ ਨੇ ਵੀ ਇੱਕ ਪ੍ਰੈਸ ਨੋਟ issues ਕੀਤਾ ਜਿਹੜੀ ਹਿੰਦੀਚ ਮੈਂ ਦੇਖ ਰያ ਸੀ ਕਿਤੇ ਉਹਦੇ 'ਚ ਵੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਉਹਨਾਂ ਕੋਲੋਂ ਕੋਈ ਹਥਿਆਰ ਮਿਲੇ ਜਾਂ ਨਹੀਂ ਮਿਲੇ ਲੇਕਿਨ ਉਹ ਤਿੰਨਾਂ ਨੂੰ ਕੱਲ ਰਾਤ ਵਾਪਸ ਪੰਜਾਬ ਲੈ ਆਂਦਾ ਗਿਆ ਮੁੰਬਈ ਤੋਂ ਉੱਥੇ ਐਂਟਰੀ ਵਗੈਰਾ ਕਰਕੇ ਔਰ ਅੱਜ ਗੁਣਾ ਤੋਂ ਪੂਰਾ ਦਿਨ ਪੋਚ ਗਿਆ ਚੱਰੀ ਰਹੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਤਿੰਨ ਵਾਂਟਰ ਹੋਰ ਬੰਦੇ ਨੇ ਮੱਕਣ ਤੇ ਕੇਸ ਜਿਹੜਾ ਵਾਰਲ ਉਹਨਾਂ ਬਾਰੇ ਕੁਝ ਸਰਾਗ ਮਿਲੇ ਨੇ ਔਰ ਜਲਦੀ ਇਹ ਪੂਰੇ ਦੇ ਪੂਰਾ ਜਿਹੜਾ ਘਰੋ ਸੀ ਰਵਿੰਦਰ ਸਿੰਘ ਗਰਿੰਦਾ ਦਾ ਜਿਹੜਾ ਦੁਆਬੇ ਦਾ ਮਾਡਿਊਲ ਸੀ ਉਹਨੂੰ ਖਤਮ ਕੀਤਾ ਜਾਏਗਾ ਪੂਰੀ ਤਰ੍ਹਾਂ ਇਹ ਦਾਵਾ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਆਬਾਤ ਤਾਂ ਕੀ ਗੱਲ ਐ ਇਸ ਕਿਸਮ ਦੇ ਛਾਤਰ ਜਿਹੜੇ ਬਦਮਾਸ਼ ਨੇ ਭੱਜੇ ਹੋਏ ਜੋ ਕਾਨੂੰਨ ਤੋਂ ਇਸ ਕਿਸਮ ਦੇ ਗੁਨਾਹ ਕਰਕੇ ਮਹਾਰਾਸ਼ਟਰਾਂ ਤੇ ਜਾ ਕੇ ਸ਼ੈਲਟਰ ਲੈਂਦੇ ਸੀ ਉਹ ਭੜੇ ਜੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਰਿੰਦੇ ਦਾ ਇੱਕ ਹੋਰ ਖਾਸ ਸਾਥੀ ਚਾਰਕ ਸਿੰਘ ਉਹ ਮੁੰਬਈ 에어ਪੋਰਟ ਤੋਂ ਵਿਦੇਸ਼ ਪੱਧਰ ਦੀ ਤਿਆਰੀ ਕਰ ਰਿਹਾ ਸੀ ਉੱਥੇ ਵੀ ਉਹਨੂੰ ਮਹਾਰਾਸ਼ਟਰ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਫੜਿਆ ਸੀ ਉਸ ਦੇ ਨਾਲ ਹੀ ਇੱਕ ਹੋਰ ਵੱਡਾ ਅਕਿਊਜ ਸਿੱਧੂ ਮੂਥੇ ਵਾਲਾ ਟੀਨੂ ਉਹਨੂੰ ਵੀ ਮੁੰਬਈ 에어ਪੋਰਟ ਤੋਂ ਦੀ ਗਰਲਫ੍ਰੈਂਡ ਅਰੋ ਹਾਲਾਂਕਿ ਬਾਤ ਦੱਸਿਆ ਗਿਆ ਕਿ ਉਹਨੂੰ ਰਾਜਸਥਾਨ ਤੋਂ ਪੜਿਆ ਲੇਕਿਨ ਅੰਦਰ ਦੀ ਗੱਲ ਨਿਕਲ ਕੇ ਆਉਂਦੀ ਰਹੀ ਕਿ ਉਹਨੂੰ ਉਸੇ ਫਲਾਈਟ ਨੂੰ 24 ਸੀਗਾ ਉਹਦੀ ਗਰਲਫ੍ਰੈਂਡ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਲੇਕਿਨ ਟੀਨੂ ਨੂੰ ਆਈਬੀ ਦੇ ਹਵਾਲੇ ਕੀਤਾ 에어ਪੋਰਟ ਦੇ ਕਸਟਮ ਡਿਪਾਰਟਮੈਂਟ ਅਜ ਵੀ ਉਹਨੂੰ ਆਪਣੇ ਕੋਲ ਲੈ ਗਈ ਤੇ ਬਾਅਦ ਵਿੱਚ ਦਿੱਲੀ ਪੁਲਿਸ ਨੇ ਇਹ ਦਿਖਾਇਆ ਕਿ ਉਸ ਨੂੰ ਰਾਜਸਥਾਨ ਤੋਂ ਫੜਿਆ ਗਿਆ। ਸੋ ਇੱਕ ਤਰੀਕੇ ਨਾਲ ਰਿੰਦੇ ਦਾ ਜੋ ਮਹਾਰਾਸ਼ਟਰ ਮਾਡਿਊਲ ਸੀ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੁੰਦਾ ਨਜ਼ਰ ਆ ਰਿਹਾ। ਬਹੁਤ ਸਾਰੇ ਰਿੰਦਾ ਪੰਜਾਬ ਰਿਆ ਪੰਜਾਬ ਤੋਂ ਭੱਜ ਕੇ ਮਹਾਰਾਸ਼ਟਰ ਚ ਰਿਆ ਨਾ ਦੇਰ ਸਾਹਿਬ ਇਲਾਕੇ ਚ ਰਹਿੰਦਾ ਸੀ। ਤਕਰੀਬਨ 53 ਕੇਸ ਤੇਰੇ ਮਹਾਰਾਸ਼ਟਰ ਚ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਖਿਲਾਫ ਦਸਤਾਨੇ ਵੱਡੀ ਪ੍ਰਾਪਤੀ ਪਹਿਲੇ ਆਪ ਪੁਲਿਸ ਲਈ ਇਹ ਵਧਾਈ ਦੇ ਪਾਤਰ ਨੇ ਦੂਸਰੀ ਵੱਡੀ ਖਬਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਵਿਜੀਲੈਂਸ ਬਿਊਰੋ ਨੇ ਜੋ ਕਰਾਪਸ਼ਨ ਦੇ ਅਗੇਂਸਟ ਮਹਿੰਮ ਚਲਾਈ ਹੋਈ ਸੀ ਉਹਦੇ ਚ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਇਸ ਜਾਲ ਚ ਆ ਚੁੱਕੀਆਂ ਨੇ ਕਈ ਮੰਤਰੀ ਪੁਰਾਣੇ ਸਾਫ ਦਾ ਮੰਤਰੀ ਸਾਫ ਦਾ ਅਫਸਰ ਉਹ ਇਸ ਜਬ ਅੜ ਅੜ ਕਿਸਮੀਆਂ ਜਾਂਚਾਂ ਦੇ ਘੇਰੇ ਚ ਨੇ ਪਰ ਜਦੋਂ ਲੁਧਿਆਣੇ ਤੋਂ ਇੱਕ पीसीएस अफसर आरटीए ਜਿਹੜੀ ਸਟੇਟ ਆਫ ਟ੍ਰਾਂਸਪੋਰਟ ਅਥਾਰਟੀ ਹੈ ਰੀਜਨਲ ਟ੍ਰਾਂਸਪੋਰਟ ਅਥਾਰਟੀ ਉਹਦੇ ਇੱਕ ਪੀਸੀਐਸ ਅਫਸਰ ਨੂੰ ਰਿੰਦਰ ਸਿੰਘ ਧਾਰੀਵਾਲ ਨੂੰ ਫੜਿਆ ਸੀ ਉਸ ਤੋਂ ਬਾਅਦ ਇੱਕ ਆਈਐਸ ਅਫਸਰ ਦਾ ਨਾਮ ਇੱਕ ਹੋਰ ਕੇਸ ਵਿੱਚ ਆਇਆ ਲੇਡੀ ਅਫਸਰ ਦਾ ਨਾਮ ਤਾਂ ਬਿਊਰੋਕਰੇਸੀ ਵਿੱਚ ਹਲਚਲ ਮਚੀ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਆਈਐਸ ਅਫਸਰਾਂ ਨੇ ਚੀਫ ਸਕੱਟਰੀ ਨਾਲ ਮੁਲਾਕਾਤ ਕੀਤੀ ਔਰ ਇਸ ਕਾਦ ਕੀਤੇ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਪੀਟੀਐ ਸਬਸਰਾ ਨੇ 5 ਦਿਨ ਦੀ ਪੈਨਡਾਗ ਸਟ੍ਰਾਈਕ ਕਰ ਦਿੱਤੀ ਕਿ ਅਸੀਂ 5 ਦਿਨ ਇੱਕ ਮਾਸ ਲੀਵ ਜੀ ਨੂੰ ਕਹਿੰਦੇ ਆ ਸਮੂਹਕ ਚੁੱਟੀ ਲੈ ਲਈ ਸਾਰਿਆਂ ਨੇ ਕਿ ਅਸੀਂ 5 ਦਿਨ ਦਫਤਰ ਨਹੀਂ ਜਾਵਾਂਗੇ ਕੰਮ ਕਾਜ ਠੱਪ ਕਰ ਦੇਵਾਂਗੇ ਇਹ ਕੋ ਪਹਿਲਾ ਮੌਕਾ ਨਹੀਂ ਹੈ ਇੱਕ ਤੁਹਾਨੂੰ ਯਾਦ ਹੋਣਾ ਥੋੜੇ ਹਫ਼ਤੇ ਪਹਿਲਾਂ ਜਦੋਂ ਪੂਰਨ ਸਪਲਾਈ ਡਿਪਾਰਟਮੈਂਟ ਦੇ ਕੋਈ ਅਫਸਰਾਂ ਤੇ ਇਸ ਕਿਸਮ ਦਾ ਐਕਸ਼ਨ ਹੋਇਆ ਸੀ ਤਾਂ ਉਹ ਪੂਰੇ ਦਾ ਪੂਰਾ ਡਿਪਾਰਟਮੈਂਟ ਵੀ ਸਟ੍ਰਾਈਕ ਤੇ ਤੇ ਲੱਗ ਗਿਆ ਸੀ ਉਹ ਤੋਂ ਪਹਿਲਾਂ ਪਟਵਾਰੀ ਕਿੰਨੀ ਦਿਨ ਸਟ੍ਰਾਈਕ ਤੇ ਰਹੇ ਇਲੈਕਟ੍ਰਿਸਿਟੀ ਬੋਰਡ ਦੇ ਲਾਈਨਮੈਨ 4-5 ਮਹੀਨੇ ਸਟ੍ਰਾਈਕ ਤੇ ਰਹੇ ਲੋਕਾਂ ਦੇ ਘਰਾਂ 'ਚ ਬਿੱਲ ਵੀ ਨਹੀਂ ਦਿੱਤੇ ਗਏ ਤੁਸੀਂ ਇਹ ਦੇਖੋ ਕਿ ਜਿਹੜੇ ਲੋਕਾਂ ਨੂੰ ਕਰਾਪਸ਼ਨ ਦੇ ਕੇਸ ਚ ਫੜਿਆ ਜਾਂਦਾ ਉਹ ਆਪਣੇ ਆਪ ਨੂੰ ਬੇਗੁਨਾਹਤ ਸਿੱਧ ਕਰਨ ਲਈ ਹੜਤਾਲਾਂ ਤੇ ਚਲੇ ਜਾਂਦੇ ਇਹ ਇਹ ਕੋਈ ਤਰੀਕਾ ਸਮਝ ਤੋਂ ਬਾਹਰ ਨਹੀਂ ਹੈ अगर सरकार इस करप्शन को खत्म करले यत्नशील है काम कर रही है तो दा साथ देना चाहिदा और सरकारी अफसरों नु इस कल ते की इतराज है कि ਤੁਹਾਡੀ ਜਿਹੜੀ 100 ਸਵਾ 100 ਇਸ ਅਫਸਰ ਨੇ ਉਹਨਾਂ ਚੋਂਗਰ ਇੱਕ ਨੂੰ ਫੜਿਆ ਵੀ ਜਾਂਦਾ ਹੈ ਕਿਤੇ ਕੋਤਾਹੀ ਦੀ ਵਜ੍ਹਾ ਕਰਕੇ ਕਿਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਸਰਕਾਰੀ ਕਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਕਰਕੇ ਕੋਈ ਸਕੈਂਡਲ ਕਰਕੇ ਉਹਦੇ ਜੇਕਰ ਕਾਰਵਾਈ ਹੁੰਦੀ ਹੈ ਤੇ ਬਾਕੀ ਲੋਕਾਂ ਨੂੰ ਕੀ ਇਤਰਾਜ਼ ਹੈ ਇਹ ਹੋਰੀ ਅਫਸਰਾਂ ਨਾਲ ਖੜੇ ਹੋਣ ਵੇਲੇ ਜਾਂ ਨਾਲ ਸਾਥ ਦੇਣ ਵੇਲੇ ਇਹ ਇਸ ਕਿਤਨ ਦੀ ਗੱਲ ਬਣਦੀ ਹੈ ਕਿ ਤੁਸੀਂ ਇੱਕ ਤਰੀਕੇ ਨਾਲ ਕਰਾਪਸ਼ਨ ਦੀ ਹਮਾਇਤ ਕਰ ਰਹੇ ਹੋ। ਔਰ ਬਹੁਤ ਵੱਡਾ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਸਰਕਾਰ ਤੇ ਕਿ ਅਸੀਂ ਸਾਰੀ ਜਿਹੜੀ ਬਿਊਰੋਕਰੇਸੀ ਆਈਐਸ ਔਰ ਪੀਸੀਐਸ ਅਫਸਰ ਉਹਦੇ ਨਾਲ ਨਾਲ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਅਸੀਂ ਸਾਰੇ ਮਿਲ ਕੇ ਪੂਰੀ ਸਰਕਾਰ ਦਾ ਕੰਮਕਾਜ ਰੋਕ ਦੇ ਆਗੇ। ਇਹ ਬਹੁਤ ਵੱਡਾ ਚੈਲੰਜ ਸੀ ਪ੍ਰ ਵਰਤਮਾਨ ਸਰਕਾਰ ਲਈ ਔਰ ਬਜ਼ਾਤੇ ਖੁਦ ਮੁਕਬਕਰੀ ਲਈ ਲੇਕਿਨ ਪਹਿਲੀ ਵਾਰੀ ਜਦੋਂ ਤੋਂ ਸਰਕਾਰ ਬਣੀ ਹੈ ਕੁਝ ਦਮ ਦੇਖਣ ਨੂੰ ਮਿਲਿਆ ਸਰਕਾਰ ਝੁਕੀ ਨਹੀਂ ਇਸ ਤੋਂ ਪਹਿਲਾਂ ਹਮੇਸ਼ਾ ਉਹ ਕਾਂਗਰਸ ਦੀ ਸਰਕਾਰ ਹੋਵੇ ਜਾਂ ਕਾਗਰਸ ਦੀ ਹੋਵੇ ਉਹ ਬਿਊਰੋਕ੍ਰਾਸੀ ਦੇ ਦਬਾਅ ਥੱਲੇ ਸਮਝੌਤੇ ਕਰ ਲੈਂਦੇ ਸੀ ਝੁਕ ਜਾਂਦੇ ਸੀ ਲੇਕਿਨ ਐਤਕੀ ਸਰਕਾਰ ਨਹੀਂ ਝੁਕੀ ਬਿਊਰੋਕ੍ਰਾਸੀ ਨੂੰ ਮੂੰਹ ਦਿਖਾੜੀ ਪਈ ਉਹ ਕਮੰਡਰ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਅੱਜ 2 ਵਜੇ ਤੱਕ ਤੁਸੀਂ ਇਹ ਆਪਣੀ ਕਾਰਵਾਈ ਬੰਦ ਕਰੋ ਦਫ਼ਤਰਾਂ ਚ ਜਾਓ ਆਪਣਾ ਕੰਮ ਸ਼ੁਰੂ ਕਰੋ ਨਹੀਂ ਤਾਂ ਸਸਪੈਂਡ ਕਰ ਦਿੱਤੇ ਜਾਓਗੇ ਪੂਰੇ ਦੇ ਪੂਰੇ ਦਾ 2 ਵਜੇ ਨਹੀਂ ਪਹੁੰਚੇ ਲੇਕਿਨ ਇੱਕ ਤਰੀਕੇ ਨਾਲ ਇਹ ਜਿਹੜੀ ਹੜਤਾਲ ਸੀ ਉਹਨਾਂ ਦੀ 5 ਦਿਨਾਂ ਦੀ ਉਹ ਖਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਔਰ ਉਹ ਐਲਾਨ ਜਿਹੜੇ ਅਡਿਸ਼ਨਲ ਸੀਨੀਅਰ ਸੈਕਟਰੀ ਜਿਹੜੇ ਮੁੱਖ ਮੰਤਰੀ ਦੇ ਨਾਲ ਇਹਨਾਂ ਦੇ ਚਾਰਜ ਦੇ ਸੀਐਮ ਹੋਦੇ ਉਹਨਾਂ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਕਿ ਪੀਟੀਐਸ ਅਫਸਰਾਂ ਨੇ ਆਪਣੀ ਜਿਹੜੀ ਹੜਤਾਲ ਸੀ ਉਹ ਵਾਪਸ ਲੈ ਲਈ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਹੋਏਗੀ ਕਿ ਜਿਹੜੇ ਅਫਸਰਾਂ ਨੂੰ ਬਚਾਉਣ ਲਈ ਇਹ ਇੰਨਾ ਵੱਡਾ ਡਰਾਮਾ ਕੀਤਾ ਗਿਆ ਸੀ ਸਾਜ਼ਿਸ਼ ਕੀਤੀ ਗਈ ਸੀ ਉਹਨੂੰ ਅੱਗੇ ਕਿੰਦੇ ਤਰੀਕੇ ਨਾਲ ਵਾਪਸ ਦੀ ਕਿ ਇਹੋ ਜਿਹੇ ਹੋਰ ਅਫਸਰਾਂ ਤੇ ਜਦੋਂ ਕਾਰਵਾਈ ਹੋਏਗੀ ਇਹ ਜੇ ਕਿਸਮ ਦੀਆਂ ਕਾਮਕੀਆਂ ਫੇਰ ਦਿੱਤੀਆਂ ਜਾਣਗੀਆਂ ਔਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਆਮ ਲੋਕਾਂ ਦੇ ਗਰੁੱਪ ਸਿਟੀਜ਼ਨਸ ਐਕਸ਼ਨ ਗਰੁੱਪ ਉਹ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਜਾ ਕੇ ਵਿਜੀਲੈਂਸ ਬਿਊਰੋ ਦੇ ਅਧਿਕਾਰਾਂ ਦੇ ਹੱਕ ਵਿੱਚ ਨਾਰੇ ਮਾਰਦੇ ਨਜ਼ਰ ਆਏ ਜਿਹੜਾ ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਸੀ ਹੋਇਆ ਬਹੁਤ ਸਾਰੀਆਂ ਸੰਸਥਾਵਾਂ ਐਨਜੀਓ ਐਂਟੀ ਕ੍ਰਾਪਸ਼ਨ ਗਰੁੱਪਸ ਸਾਰੇ ਉਥੇ ਪਹੁੰਚੇ ਸੀ ਕੱਲ ਔਰ ਪੂਰਾ ਦਿਨ ਉਥੇ ਜਿਹੜੀ ਲਾਸ ਬਿਊਰੋ ਦੇ ਹੱਕ 'ਚ ਸੁਪੀਚਾ ਹੁੰਦੀਆਂ ਰਹੀਆਂ ਲੋਕ ਬੈਠੇ ਰਹੇ ਉਹਨਾਂ ਦਾ ਸਾਰੀ ਡੈਲਟੀ ਲਈ ਸ਼ਾਇਦ ਇਸ ਗੱਲ ਦਾ ਹੌਸਲਾ ਸਰਕਾਰ ਨੂੰ ਮਿਲਿਆ ਜਿਹੜੀ ਆ ਬਾਰ-ਬਾਰ ਭਾਗ ਸਰਕਾਰ ਇਸ਼ਤਿਹਾਰ ਵੀ ਦਿੰਦੀ ਆ ਸੜਕਾਂ ਦੇ ਕਿਨਾਰੇ ਬੋਰਡ ਵੀ ਲਾਏ ਹੁੰਦੇ ਆ ਬਿਲਬੋਰਡ ਕਿ ਜਿਹੜੀ ਕਰਾਪਸ਼ਨ ਦੇ ਅਗੇਂਸਟ ਸਾਡੀ ਨੀਤੀ ਆ ਉਹ ਜ਼ੀਰੋ ਟੋਲਰੈਂਸ ਦੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਦੇਖਣ ਵਾਲੀ ਗੱਲ ਹੋਏਗੀ ਇਹ ਹੋਣੀ ਆ ਕਿ ਆਉਣ ਵਾਲੇ ਦਿਨਾਂ 'ਵਿੱਚ ਜਿੰਨੇ ਕੇਸ ਪੈਂਡਿੰਗ ਪਏ ਆ ਜਿਨ੍ਹਾਂ ਤੇ ਚੀਫ ਸਕੱਟਰੀ ਮਨਜ਼ੂਰੀ ਨੀਤੀ ਦਿੰਦੇ ਪ੍ਰਤੀਕੂਸ਼ਨ ਦੀ ਕਈ ਵਾਰੀ ਤੇਰਾ ਕਈ ਵਾਰੀ ਇਨਕੁਆਇਰੀ ਸ਼ੁਰੂ ਹੋਣਦੀ ਕੀ ਹੁਣੋਂ ਮਨਜ਼ੂਰੀਆਂ ਗਲਤੀ ਜਲਦੀ ਮਿਲਣਗੀਆਂ ਔਰ ਵਿਜੀਨਲਸ ਬਿਊਰੋਆਂ ਦੀਆਂ ਜਨਤਾ ਰੋਕੀਆਂ ਪਈਆਂ ਨੇ ਕਈ ਕਿੱਤਾਂ 'ਚ ਉਹ ਸੁਪੀਰ ਫੜਨ ਗਿਆ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਤੋਂ ਦੋਸਤੋ ਅੱਜ ਦੇ ਦਿਨ ਇੰਨਾ ਹੀ ਕਾਫੀ ਆਉਣ ਵਾਲੇ ਦਿਨਾਂ 'ਚ ਹੋ ਜੇ ਕਿਤੇ ਕਹਾਣੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ